ਕੈਲੀਫੋਰਨੀਆ ਅਤੇ ਫ੍ਰੈਸਨੋ ਦੇ ਵਿਦਿਆਰਥੀ ਹੁਣ ਸਕੂਲ ਦੇ ਇੱਕ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਪੰਜਾਬੀ ਭਾਸ਼ਾ ਸਿੱਖ ਸਕਣਗੇ। ਗਲੋਬਲ ਕੈਲੀਫੋਰਨੀਆ ਇਨੀਸ਼ੀਏਟਿਵ 2030 ਪ੍ਰੋਗਰਾਮ ਵਿੱਚ ਇਸ ਨਵੇਂ ਪ੍ਰੋਗਰਾਮ ਨੂੰ ਲਾਂਚ ਕੀਤਾ ਗਿਆ, ਜਿਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ ਨਾਲ ਅਰਬੀ, ਫ੍ਰੈਂਚ, ਮਿਕਸਟੈਕੋ ਵੀ ਪੜ੍ਹਾਈ ਜਾਵੇਗੀ। ਇਹਨਾਂ ਭਾਸ਼ਾਵਾਂ ਨੂੰ 5 ਸਕੂਲਾਂ 'ਚ ਪੜ੍ਹਾਇਆ ਜਾ ਰਿਹਾ ਹੈ, ਜਿਸ ਵਿੱਚ ਹਰੇਕ ਸਕੂਲ 'ਚ ਇੱਕ ਭਾਸ਼ਾ ਪੜ੍ਹਾਈ ਜਾਂਦੀ ਹੈ। ਸਕੂਲ ਪ੍ਰਸ਼ਾਸਨ ਅਨੁਸਾਰ ਰਾਜ ਵਿਆਪੀ 2030 ਤਹਿਤ ਦੋ ਭਾਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਤਿੱਗਣਾ ਕਰਨਾ ਹੈ। ਰਾਜ ਵਿੱਚ 100 ਦੋ ਭਾਸ਼ੀ ਅਧਿਆਪਕਾਂ ਨੂੰ ਦੋ ਭਾਸ਼ਾਵਾਂ ਨੂੰ ਪੜ੍ਹਾਉਣ ਲਈ ਨਾਮਜ਼ਦ ਕੀਤਾ ਗਿਆ ਹੈ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।